एक, दो, तीन, चार, पांच, छः, सात, आठ। शरेआम गुंडागर्दी दियां तस्वीरां सीसीटीवी कैमरे च कैद हो गईयां। ये आठ नौजवान या कह लो कि गुंडे एक घर च दाखिल हुंदे ने जिन्हां दे मुंह बन्ने होए ने। शरेआम दिन दिहाड़े घर दे विच दाखिल होके इस गड्डी दी भन तोड़ करदे ने। मौके दियां सीसीटीवी फुटेज दियां तस्वीरां ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀ ਨੂੰ ਭੰਨਿਆ ਜਾ ਰਿਹਾ ਹੈ। ਦੋ ਗੱਡੀਆਂ ਦੇ ਵਿੱਚ ਇਹ ਸਾਰੇ ਬਦਮਾਸ਼ ਆਉਂਦੇ ਨੇ, ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਇਸ ਗੱਡੀ ਦੀ ਭੰਨ ਤੋੜ ਕਰ ਦਿੰਦੇ ਨੇ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮਸਾਂ ਹੀ ਇਹਨਾਂ ਨੇ ਜਾਨ ਬਚਾਈ ਹੈ। ਗੜਸ਼ੰਕਰ ਦੇ ਪਿੰਡ ਜੀਵਨਪੁਰ ਜੱਟਾ ਦੇ ਇੱਕ ਘਰ ਦੇ ਵਿੱਚ ਚਿੱਟੇ ਦਿਨੀ ਦੋ ਗੱਡੀਆਂ ਵਿੱਚੋਂ ਸਵਾਰ ਹੋ ਕੇ ਆਏ 8-10 ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੇ ਵਿੱਚ ਪਏ ਸਮਾਨ ਦੀ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆ ਗਿਆ। ਘਰ ਦੇ ਵਿੱਚ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਗੱਡੀਆਂ ਦੇ ਘਰ ਦੇ ਅੱਗੇ ਖੜੀਆਂ ਹੁੰਦੀਆਂ ਨੇ ਅਤੇ ਇਸ ਦੇ ਵਿੱਚੋਂ ਇੱਕ ਗੱਡੀ ਵਿਅਕਤੀ ਦੇ ਵਿੱਚੋਂ ਉਤਰ ਕੇ ਘਰ ਦਾ ਖੁੱਲ੍ਹਾ ਗੇਟ ਦੇਖ ਕੇ ਸਾਥੀਆਂ ਨੂੰ ਇਸ਼ਾਰਾ ਕਰਦਾ ਹੈ, ਜਿਸ ਉਪਰੰਤ ਗੱਡੀਆਂ ਦੇ ਵਿੱਚੋਂ ਸਵਾਰ ਵਿਅਕਤੀਆਂ ਵੱਲੋਂ ਹਥਿਆਰਾਂ ਦੇ ਸਮੇਤ ਘਰ 'ਚ ਦਾਖਲ ਹੋ ਕੇ ਅੰਦਰ ਖੜੀ ਗੱਡੀ ਨੂੰ ਅਤੇ ਹੋਰ ਸਮਾਨ ਦੀ ਭੰਨ ਤੋੜ ਕੀਤੀ ਜਾਂਦੀ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਉਹ ਆਪਣੀ ਘਰਵਾਲੀ ਦੇ ਨਾਲ ਇਕੱਲੇ ਰਹਿੰਦੇ ਨੇ। ਉਹਨਾਂ ਦੱਸਿਆ ਕਿ ਅੱਜ ਬਾਅਦ ਦੁਪਹਿਰ ਦੋ ਗੱਡੀਆਂ ਦੇ ਵਿੱਚੋਂ ਸਵਾਰ ਹੋ ਕੇ ਆਏ ਅਤੇ 10 ਦੇ ਕਰੀਬ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਹਥਿਆਰਾਂ ਸਮੇਤ ਘਰ ਵਿੱਚ ਖੜੀ ਗੱਡੀ, ਫਰਿੱਜ, ਅਲਮਾਰੀ, ਸਕੂਟਰੀ ਅਤੇ ਹੋਰ ਸਮਾਨ ਦੀ ਭੰਨ ਤੋੜ ਕੀਤੀ ਗਈ। ਸੋਹਣ ਸਿੰਘ ਸਾਨੂੰ ਬਖਸ਼ੀਸ਼ ਸਿੰਘ ਪਿੰਡ ਜੀਮਰਪੁਰ ਜੱਟਾਂ ਦਾ ਵਾਸੀ ਹਾਂ ਤਾਂ ਕੁਛ ਅਣਜਾਣ ਅਣਪਛਾਣੇ ਬੰਦੇ ਘਰ ਆਏ ਆ। ਆਉਂਦੇ ਆਉਂਦੇ ਪਹਿਲਾਂ ਦਰਵਾਜ਼ਾ ਦੇਖਿਆ, ਦੇਖ ਕੇ ਇੱਕ ਨੇ ਦੂਜੇ ਨੂੰ ਬੰਦੇ ਨੂੰ ਇਸ਼ਾਰਾ ਕੀਤਾ ਤਾਂ ਇੱਕਦਮ 'ਚ ਹੀ ਇਹ ਤਾਂ ਮੱਖੀਆਂ ਵੀ ਡੂੰਬਣੇ ਦੀਆਂ ਘਾਟ ਆਉਂਦੀਆਂ, ਇੱਕਦਮ 'ਚ ਆਉਂਦੇ ਗੱਡੀ ਦਾ ਸ਼ੀਸ਼ਾ ਭੰਨਣ ਲੱਗ ਪਏ। ਉਦੋਂ ਬਾਅਦ ਅਸੀਂ ਜਾਣੀ ਕਿ ਆਪਣੀ ਬੜੀ ਬਹੁਤ ਜ਼ੋਰ ਜ਼ਾਰ ਲਾ ਕੇ ਆਪਣੀ ਜਾਨ ਬਚਾਈ ਆ। ਉਸੇ ਟਾਈਮ ਅਸੀਂ ਆਪਣਾ ਗਰਿੱਲ ਲਾ ਲਈ ਆ, ਗਰਿੱਲ ਵੀ ਭੰਨ ਗਏ ਸਾਡੀ, ਅਤੇ ਉਹ ਗਰਿੱਲ ਲਾਉਣ ਕਰਕੇ ਅੰਦਰਲੇ ਕਮਰੇ ਦੀ ਗਰਿੱਲ ਲਾਉਣ ਕਰਕੇ ਸਾਡੀ ਜਾਨ ਬਚ ਗਈ, ਨਹੀਂ ਤਾਂ ਸਾਡੇ ਵੀ ਖਤਮ ਕਰ ਜਾਣਾ ਸੀ। ਗੱਡੀ ਦਾ ਸਾਡਾ ਨੁਕਸਾਨ ਕਰ ਗਏ, ਅੰਦਰ ਫਰਿੱਜ ਵੀ ਭੰਨ ਗਏ ਆ ਅਤੇ ਇੱਧਰ ਏਸੀ ਵਾਲੇ ਕਮਰਾ ਏਸੀ ਵੀ ਭੰਨ ਦਿੱਤਾ ਆ, ਨਾਲ ਕਮਰਾ ਇੱਕ ਸ਼ੀਸ਼ਾ ਲਾਇਆ ਸੀ ਉਹ ਵੀ ਭੰਨ ਗਿਆ, ਅੰਦਰ ਡਰੈਸਿੰਗ ਟੇਬਲ ਦਾ ਸ਼ੀਸ਼ਾ ਸਾ ਅਤੇ ਫਰਿੱਜ ਵੀ ਰਹਿੰਦ ਖੁੰਹਦੇ। ਇੱਦਾਂ ਦੀ ਨਿਕੰਮੀ ਜਾਤ ਇੰਨੀ ਨਸਲ ਆ ਜਾਂਦੇ ਹੋਏ, ਇੱਕ ਰਿਸੀਵਰ ਜਿਹਾ ਰੱਖਿਆ ਸੀਗਾ ਉਹ ਵੀ ਲੈ ਚੁੱਕ ਲੈ ਗਏ, ਸੀਸੀਟੀਵੀ ਕੈਮਰਾ ਸੀਸੀ ਕੈਮਰਾ ਵੀ ਭੰਨ ਗਏ ਆ। ਅਸੀਂ ਬਥੇਰਾ ਕਿਹਾ ਵੀ ਕੀ ਗੱਲ ਸਾਡੇ ਨਾਲ ਗੱਲ ਕਰੋ ਗੱਲ ਕਰੋ, ਬਸ ਗਾਲਾਂ ਕੱਢੀ ਗਏ ਗਾਲਾਂ ਕੱਢੀ ਗਏ। 8-10 ਬੰਦੇ ਸੀਗੇ, ਸੀਸੀ ਕੈਮਰਾ ਵੀ ਭੰਨ ਗਿਆ, ਫੋਟੋ ਕਿਸੇ ਸਾਡੇ ਕੋਲ ਹੈਗੀਆਂ, ਅਸੀਂ ਪੁਲਿਸ ਨੂੰ ਦੇ ਦਿੱਤੀਆਂ, ਅੱਗੇ ਜੋ ਕਾਰੋਬਾਰ ਕਰੂਗੇ ਉਹ ਆਪੇ ਕਰਨਗੇ। ਔਰ ਸਾਡੇ ਘਰ ਦੇ ਵਿੱਚ 3 ਵਜੇ ਤੋਂ ਪਹਿਲਾਂ ਹੀ ਆਏ ਆ, ਦਰਵਾਜ਼ਾ ਖੁੱਲ੍ਹਾ ਸੀਗਾ, ਆ ਕੇ ਸਾਰਾ ਕੁਛ ਭੰਨਣ ਲੱਗ ਪਏ। ਅਸੀਂ ਰੌਲਾ ਪਾਉਂਦੇ ਵੀ ਕੀ ਹੋ ਗਿਆ, ਕਾਹਤੇ ਭੰਨਦੇ ਕਾਹਤੇ ਭੰਨਦੇ, ਗਾਲਾਂ ਕੱਢੀ ਗਏ ਬਸ, ਕੁਛ ਨਹੀਂ ਹੋਣੀ। ਹੋਰ ਕੀ, ਅਸੀਂ ਤਾਂ ਆਪਣੀ ਜਾਨ ਮਸੀ ਬਚਾਈ ਆ, ਕੁੰਡਾ ਲਾ ਕੇ ਗ੍ਰਿੱਲ ਬੰਦ ਕੀਤੀ, ਸਾਰਾ ਕੁਛ ਸਾਡਾ ਅੰਦਰ ਬਾਹਰ ਸਾਰਾ ਕੁਛ ਭੰਨ ਗਿਆ। ਦੋ ਗੱਡੀਆਂ ਚ ਆਏ ਬੈਸ ਬਾਹਰ ਸੀਗੇ, ਪਤਾ ਨੀ ਹੋਰ ਕੀ ਤਿੱਖੀਆਂ ਚੀਜ਼ਾਂ ਹੋ ਗਈਆਂ, ਗੱਡੀ ਸਾਰੀ ਭੰਨੀ ਵੱਡੀ ਆ, ਗੱਡੀਆਂ ਸ਼ੀਸ਼ੇ ਸਾਰੇ ਤੱਕੀਆਂ ਸਭ ਭੰਨ ਦਿੱਤੀਆਂ। ਕਿੰਨੇ ਤਕਰੀਬਨ ਬੰਦੇ ਕਿੰਨੇ ਸੀਗੇ? 8 ਜਣੇ ਅੰਦਰ ਨੂੰ ਆਏ, 2 ਗੱਡੀਆਂ 'ਚ ਸੀਗੇ। ਮੇਰਾ ਨਾਮ ਭਾਅ ਜੀ ਦਲਜੀਤ ਸਿੰਘ ਆ। ਇਹ ਜਿਹੜਾ ਵਾਰਦਾਤ ਹੋਈ, ਇਹ ਸਾਡਾ ਤਾਏ ਦਾ ਮੁੰਡਾ ਜੀ, ਬੜਾ ਭਰਾ ਸਾਡਾ, ਇਹਨਾਂ ਦੇ ਬੱਚੇ ਜਿਹੜੇ ਰਹਿੰਦੇ ਬਾਹਰ ਜੀ, ਭਰਜਾਈ ਸਾਡੀ ਅਤੇ ਭਰਾ ਸਾਡੇ ਇੱਥੇ ਰਹਿੰਦੇ ਜੀ। ਇਹਨਾਂ ਦੀ ਮੇਰੇ ਹਿਸਾਬ ਨਾਲ ਪਿੰਡ 'ਚ ਕੋਈ ਰੰਜਿਸ਼ ਹੈ ਨਹੀਂ ਅੱਜ ਤੱਕ ਜੀ। ਔਰ ਜਿਹੜਾ ਇਹ ਚਾਂਸ ਹੋਇਆ ਸਾਡੇ ਪਿੰਡ ਵਿੱਚ, ਇਹ ਪਹਿਲੀ ਵਾਰ ਚਾਂਸ ਹੋਇਆ ਜੀ ਇੱਦਾਂ ਦਾ।
ਔਰ ਮਹਾਰਾਜ ਅਸੀਂ ਤਾਂ ਭਲਾ ਕਰਦੇ ਹਾਂ, ਜੇ ਕਿਤੇ ਗਰੇਲੋ ਤੋੜ ਕੇ ਜਾਂ ਕਿੱਦਾਂ ਵੀ ਅੰਦਰ ਵੜ ਜਾਂਦੇ, ਸ਼ਾਇਦ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਤਾਂ ਜਿਹੜਾ ਸੀਗਾ ਇਹਨਾਂ ਨੂੰ ਜਾਨ ਤੋਂ ਵਿਅਰਥ ਹੋਣਾ ਪੈ ਜਾਣਾ ਸੀ ਇਸ ਗੱਲ 'ਚ, ਕਿਉਂਕਿ ਉਹ ਆਪਣੇ ਹਿੰਮਤ ਨਾਲ ਬਚ ਗਏ ਇਹ। ਅਸੀਂ ਤਾਂ ਇੰਨਾ ਬੜਾ ਸ਼ੁਕਰ ਕਰਦੇ ਹਾਂ, ਬਾਕੀ ਅਸੀਂ ਪ੍ਰਸ਼ਾਸਨ ਦੀ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਬਣਦੀ ਜੋ ਵੀ ਇਹਨਾਂ ਦੇ ਬੰਦਿਆਂ 'ਤੇ ਕਾਰਵਾਈ ਬਣਦੀ ਆ ਉਹ ਸਾਡੇ ਬੰਦੇ ਪੇਸ਼ ਕੀਤੇ ਜਾਣ, ਹੈ ਨਾ, ਇਹਨਾਂ ਨੂੰ ਜਿਹੜਾ ਬਣਦਾ ਇਹਨਾਂ ਦਾ ਮਤਲਬ ਮੁਆਵਜ਼ਾ ਦਵਾਇਆ ਜਾਵੇ ਔਰ ਉਹਨਾਂ ਦੀ ਬਰਾਬਰ ਕਾਰਵਾਈ ਕੀਤੀ ਜਾਵੇ ਜੀ। ਧੰਨਵਾਦ ਜੀ। ਜੇ ਸੋਹਣ ਸਿੰਘ ਸਨ ਆਫ ਬਖਸ਼ੀਸ਼ ਸਿੰਘ ਜੀਵਨਪੁਰ ਜੱਟਾਂ ਦੇ ਘਰ ਕਹਿੰਦੇ ਇਨਫੋਰਮੇਸ਼ਨ ਮਿਲੀ ਵੀ ਬੰਦੇ ਆਏ ਅਤੇ ਤੋੜਭੰਨ ਕੀਤੀ ਆ, ਮੌਕੇ 'ਤੇ ਆਏ ਹਾਂ, ਸੀ ਸੀ ਟੀ ਵੀ ਕੈਮਰੇ ਚੈੱਕ ਕਰਦੇ ਪਏ ਹਾਂ ਅਤੇ ਹਾਲੇ ਤਾਂ ਕੋਈ ਸਰਾਗ ਨਹੀਂ ਲੱਗਿਆ ਕੌਣ ਬੰਦੇ ਸੀ ਕੌਣ ਨਹੀਂ ਸੀ। ਗੱਡੀ ਵਗੈਰਾ ਥੋੜ੍ਹੀ ਜਿਹੀ ਐਕਟਿਵਾ ਤਾਂ ਤੋੜਤੀ ਹੈ, ਉਹਨਾਂ ਨੇ ਇੱਕ ਫ੍ਰਿਜ ਤੋੜਤੀ ਹੈ, ਨਹੀਂ ਹਾਲੇ ਤੱਕ ਕੈਮਰੇ ਦੇਖਦੇ ਪਏ ਚੈੱਕ ਕਰਦੇ ਪਏ ਹਾਂ, ਜੋ ਵੀ ਪਤਾ ਲੱਗੂ ਪੰਜ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਉਹਨਾਂ ਦੱਸਿਆ ਕਿ ਉਹਨਾਂ ਆਪਣੀ ਜਾਨ ਅੰਦਰ ਘਰ ਲੱਗੇ ਕੈਂਚੀ ਗੇਟ ਨੂੰ ਬੰਦ ਕਰਕੇ ਬਚਾਈ ਹੈ, ਫਿਰ ਉਸ ਤੋਂ ਬਾਅਦ ਮਾਹਲਪੁਰ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਮਾਹਲਪੁਰ ਪੁਲਿਸ ਦੇ ASI ਬਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਵਾਰਦਾਤ ਦੀ ਸੂਚਨਾ ਮਿਲਣ ਉਪਰੰਤ ਮੌਕੇ ਤੇ ਪਹੁੰਚੇ, ਪੜਤਾਲ ਸ਼ੁਰੂ ਕੀਤੀ ਹੈ ਅਤੇ ਹੁਣ CCTV ਕੈਮਰਿਆਂ ਦੀ ਮਦਦ ਨਾਲ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਕੈਮਰੇ ਖੰਗਾਲੇ ਜਾ ਰਹੇ ਨੇ। ਅੱਜ ਦਿਨ ਅਜਿਹੀਆਂ ਘਟਨਾਵਾਂ ਜੋ ਦਿਨ ਦਿਹਾੜੇ ਘਰਾਂ ਦੇ ਵਿੱਚ ਦਾਖਲ ਹੋ ਕੇ ਇਹ ਭੰਨਤੋੜ ਕਰ ਰਹੇ ਨੇ, ਸ਼ਰੇਆਮ ਗੁੰਡਾਗਰਦੀ ਨੂੰ ਦਰਸਾ ਰਹੀਆਂ ਨੇ, ਸਰਾਸਰ ਇਹ ਗੁੰਡਾਗਰਦੀ ਸਾਬਤ ਹੋ ਰਹੀ ਹੈ। ਪ੍ਰਸ਼ਾਸਨ 'ਤੇ ਵੀ ਸਵਾਲੀਆ ਨਿਸ਼ਾਨ ਉੱਠਦਾ ਹੈ ਕਿ ਆਖਰ ਇਹ ਕਦੋਂ ਤੱਕ ਚੱਲੇਗਾ।